ਜਿੱਥੇ ਕਿਸਾਨਾਂ ਨੂੰ ਖੇਤੀਕਾਰਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਸੰਘਰਸ਼ ਕਰਨਾ ਪੈ ਰਿਹਾ ਹੈ ਉੱਥੇ ਦੂਸਰੇ ਪਾਸੇ ਝੋਨੇ ਦਾ ਸੀਜ਼ਨ ਹੋਣ ਦੇ ਕਾਰਨ ਬਿਜਲੀ ਕੱਟ ਆਉਣ ਦੇ ਕਾਰਨ ਕਿਸਾਨ ਦੁਖੀ ਦਿਖਾਈ ਦੇ ਰਹੇ ਨੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੇ 8 ਘੰਟੇ ਬਿਜਲੀ ਦੇਣ ਦਾ ਐਲਾਨ ਕੀਤਾ ਸੀ ਪਰੰਤੂ 4 ਤੋਂ 5 ਘੰਟੇ ਹੀ ਬਿਜਲੀ ਦੀ ਸਪਲਾਈ ਆ ਰਹੀ ਹੈ ਇਸ ਕਾਰਨ ਉਹਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਝੋਨਾ ਲਾਉਣਾ ਪੈ ਰਿਹਾ ਹੈ ਨਾਭਾ ਨੇੜਲੇ ਪਿੰਡ ਤੂਈ ਦੇ ਕਿਸਾਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਉਹਨਾਂ ਨੂੰ ਬਿਜਲੀ ਦੀ ਸਪਲਾਈ 8 ਘੰਟੇ ਨਾ ਮਿਲੀ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ ਇਸ ਮੌਕੇ ਕਿਸਾਨਾਂ ਨੇ ਸਰਕਾਰ ਅਤੇ ਬਿਜਲੀ ਵਿਭਾਗ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਕਿਸਾਨ ਮਸਲਾ ਕੀ ਹੈ ਜੀ ਮਸਲਾ ਤਾਂ ਇਹੀ ਆ ਜੀ ਕਿਸਾਨ ਦਾ ਇੱਕ ਪਰਮੇਸ਼ਰ ਬਾਲੀ ਹੁੰਦਾ ਇਹ ਰੱਬ ਨੇ ਜਾਤਾਂ ਇਕੱਠੀਆਂ ਕਰ ਲਿਆਂਦੀਆਂ ਜੱਟ ਸਲਗ ਚੱਕ ਕੇ ਤੁਰ ਪਿਆ ਸੀ ਅਸੀਂ ਕਿਹਾ ਪਰਮੇਸ਼ਰ ਤੂੰ ਸਾਡੇ ਨਾਲ ਲੈ ਹੈ ਆਹ 4 ਦਿਨ ਪਰਮੇਸ਼ਰ ਨੇ ਸਾਨੂੰ ਸਾਥ ਦਿੱਤਾ ਸਭ ਕੁਛ ਹੋ ਰਿਹਾ ਸੀ ਮਾੜਾ ਜਿਹਾ ਪਰਮੇਸ਼ਰ 2 ਦਿਨ ਮੁੱਖ ਮੋੜ ਗਿਆ ਆਹ ਵਿੱਚੇ ਮਹਿਕਮਾ ਬਿਜਲੀ ਵੜ ਗਿਆ ਇਹ ਪਰਮੇਸ਼ਰ ਦੇ ਨਾਲ ਅਸੀਂ ਤਾਂ ਮਹਿਕਮੇ ਤੋਂ ਇਹੀ ਅਰਜ਼ ਕਰਦੇ ਹਾਂ ਵੀ ਇੱਕ ਤਾਂ ਪਰਮੇਸ਼ਰ ਹੁੰਦਾ ਇੱਕ ਬਿਜਲੀ ਵਾਲੇ ਦੂਜਾ ਰੱਬ ਹੁੰਦਾ ਇਹ ਸਾਡੀ ਜਿਹੜੀ ਮੱਛੀ ਤੜਫ ਰਹੀ ਆ ਖੇਤਾਂ 'ਚ ਉਹ ਪਾਣੀ ਬਿਨਾਂ ਜਾ ਨਹੀਂ ਸਕਦੀ ਇਸ ਕਰਕੇ ਲਾਈਟ 8 ਘੰਟੇ ਦਾ ਵਾਅਦਾ ਕੀਤਾ ਸੀ ਉਹ 6 ਘੰਟੇ ਰਹਿ ਗਈ 6 ਵੀ ਪੂਰੀ ਕਦੇ ਵਿੱਚ ਕੱਟ ਮਾਰਨ ਲੱਗ ਗਏ ਅਸੀਂ ਕਿੱਧਰ ਜਾਈਏ ਜ਼ਿਮੀਂਦਾਰ ਕਿਹੜੇ ਖੂਹ 'ਚ ਡਿੱਗੇ 99 ਰੁਪਈਏ ਪੈਟਰੋਲ ਹੋ ਗਿਆ 90 ਰੁਪਈਏ ਡੀਜ਼ਲ ਹੋ ਗਿਆ ਉਹ 5-5, 7-7 ਲੀਟਰ ਜਨਰੇਟਰਾਂ 'ਤੇ ਤੇਲ ਖਾਂਦੇ ਨੇ ਕੀ ਬਚੂ ਸਾਨੂੰ ਇਹ ਬੜਾ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਭਾਈ ਸਾਹਿਬ ਨਹੀਂ ਲਾਈਟ ਆ ਰਹੀ ਹੈ ਕੀ ਸਮੱਸਿਆ ਲਾਈਟ ਤਾਂ ਜੀ ਪਹਿਲਾਂ 8 ਘੰਟੇ ਦਾ ਵਾਅਦਾ ਕਰਿਆ ਸੀਗਾ ਹੁਣ 6 ਘੰਟੇ ਕਰਤੀ ਤੀ ਜੀ ਅੱਜ ਤੋਂ ਇਹ ਨਹੀਂ ਪਤਾ ਹੈਗਾ ਵੀ 5 ਘੰਟੇ ਹੀ ਆਵੇ ਜੀ ਅਤੇ ਕਿਸਾਨਾਂ ਨੂੰ ਇਹਦਾ ਬਹੁਤ ਸਾਹਮਣਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜੀ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੈ ਹੁਣ ਝੋਨਾ ਹਜੇ ਲੱਗਿਆ ਹੀ ਹੈ ਜੀ ਜੇ ਹੁਣ ਪਾਣੀ ਨਾ ਪਹੁੰਚਿਆ ਜੀ ਤਾਂ ਵੀ ਇਹ ਲਾ ਲਓ ਵੀ ਫਸਲ ਅੱਧੀ ਬਰਬਾਦ ਹੋ ਸਕਦੀ ਹੈ ਜੀ ਇਸ ਹਿਸਾਬ ਨਾਲ ਤਾਂ ਜੀ ਕਿੰਨੇ ਘੰਟੇ ਲਾਈਟ ਆ ਰਹੀ ਹੈ ਮਤਲਬ ਕਈ ਦਿਨਾਂ ਤੋਂ ਪਰੇਸ਼ਾਨੀ ਆ ਰਹੀ ਹੈ ਲਾਈਟ ਤਾਂ ਜੀ 6 ਘੰਟੇ ਹੈ ਅੱਜ 5 ਘੰਟੇ ਆਉਣੀ ਹੈ ਜੀ ਇਹ ਘੱਟੋ ਘੱਟ 4-5 ਦਿਨ ਦਾ ਕੰਮ ਚੱਲ ਰਿਹਾ ਜੀ ਇਹ ਲਾਈਟ ਦਾ ਮਹਿਕਮੇ ਵਾਲੇ ਜੀ ਹੈਰਾਨ ਕਰਨ ਲੱਗ ਗਏ ਜੀ ਹਾਂ ਜੀ ਹਾਂ ਕਿਸਾਨ ਯੂਨੀਅਨ ਨਾਲ ਸਾਡੀਆਂ ਮੀਟਿੰਗ ਵੀ ਹੋਈ ਸੀਗੀ ਅਤੇ ਪਿੰਡਾਂ ਲੈਵਲ ਦੀ ਹੋ ਰਹੀਆਂ ਨੇ ਹਜੇ ਤਾਂ ਜੀ ਅਤੇ ਬਾਕੀ ਜੇ ਹੋਰ ਜ਼ਿਆਦਾ ਉਹ ਮਸਲਾ ਉਲਝਦਾ ਜੀ ਫਿਰ ਅਸੀਂ ਜ਼ਿਲ੍ਹਾ ਵਾਰ ਉਹ ਕਰਾਂਗੇ ਮੀਟਿੰਗਾਂ ਜੀ ਉਹਨਾਂ ਦੇ ਖਿਲਾਫ਼ ਉਹ ਜਿਹਾ ਧਰਨਾ ਦੇਵਾਂਗੇ ਜੀ ਜਾ ਕੇ ਅੱਜ ਅਸੀਂ ਐਕਸ਼ਨ ਸਾਹਿਬ ਨੂੰ ਮਿਲਣ ਜਾ ਰਹੇ ਜੀ ਹੁਣ ਨਾਭੇ ਕਿਸਾਨ ਯੂਨੀਅਨ ਵੱਲੋਂ ਵੀ ਨੇ ਬਾਕੀ ਸਾਡੇ ਕਿਸਾਨ ਭਰਾ ਇਕੱਠੇ ਹੋ ਰਹੇ ਨੇ ਹਜੇ ਹੋਰ ਆ ਰਹੇ ਨੇ ਕਿ ਵੀ ਅਸੀਂ ਉਹਨਾਂ ਨੂੰ ਮਿਲ ਕੇ ਇਹ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਵੀਰ ਜੀ ਸਭ ਤੋਂ ਵੱਡੀ ਪ੍ਰੋਬਲਮ ਸਾਨੂੰ ਇਹ ਆ ਰਹੀ ਹੈ ਇਸ ਵਕਤ ਸਮੱਸਿਆ ਵੱਡੀ ਕਿ ਖੇਤਾਂ ਦੇ ਵਿੱਚ ਪਾਣੀ ਮੁੱਕਦਾ ਜਾ ਰਿਹਾ ਹੈ ਠੀਕ ਹੈ ਜਿਹੜੇ ਸਾਡੇ ਸੂਏ ਦੇ ਝੀਰੀਆਂ ਨੇ ਉਹ ਆਲਰੇਡੀ ਛੋਟੀਆਂ ਕੀਤੀਆਂ ਜਾ ਚੁੱਕੀਆਂ ਨੇ ਤਾਂ ਕਿ ਅੱਗੇ ਪਾਣੀ ਲਿਜਾਇਆ ਜਾ ਸਕੇ ਚਲੋ ਉਹ ਉਹਨਾਂ ਦੀ ਮਜਬੂਰੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਪਰ ਹੁਣ ਜੇ ਬਿਜਲੀ ਵੀ ਨਹੀਂ ਆਊਗੀ ਤਾਂ ਜੀਰੀ ਦੇ ਵਿੱਚ ਪਾਣੀ ਕਿੱਥੋਂ ਪਾਵਾਂਗੇ ਅਤੇ ਜਿਨ੍ਹਾਂ ਦੀ ਰਹਿੰਦੀ ਹੈ ਉਹ ਕਿੱਥੋਂ ਲਗਾਉਣਗੇ ਪਿਛਲੀ ਜੀਰੀ 'ਚ ਪਾਣੀ ਨਹੀਂ ਪੈ ਰਿਹਾ ਨਵੀਂ ਲਾਉਣ ਨੂੰ ਖੜੀ ਹੈਗੀ ਉਹਦਾ ਕੀ ਹੱਲ ਕਰੀਏ ਸਾਡੇ ਕੋਲ ਇਹਦਾ ਕੋਈ ਹੱਲ ਨਹੀਂ 8 ਘੰਟੇ ਲਾਈਟ ਆਵੇਗੀ ਜੀ ਤਾਂ ਅੱਗੇ ਕੰਮ ਚੱਲੇਗਾ ਵਰਨਾ ਇਹ ਤਾਂ ਸੰਘਰਸ਼ ਵੱਡਾ ਕਰਨਾ ਪਏਗਾ ਲਾਈਟ ਜੀ 5-5.5 ਘੰਟੇ ਆਉਂਦੀ ਆ ਉਹ ਵੀ ਵਿੱਚ ਵਿੱਚ ਦੀ ਕੱਟ ਮਾਰ ਕੇ ਆਉਂਦੀ ਹੈਗੀ ਜਿਹਦੇ ਨਾਲ ਇਹ ਕਹਿ ਲਓ ਕਿ ਖੱਤੇ ਦਾ ਵਿੱਚ ਪਾਣੀ ਸਿਰੇ ਤੱਕ ਲੱਗਦਾ ਹੀ ਨਹੀਂ ਹੈਗਾ ਜਾਂ ਤਾਂ ਉਹ ਵੀ ਲਗਾਤਾਰ ਆ ਰਹੀ ਹੋਵੇ ਤਾਂ ਵੀ ਕਹਿ ਦਈਏ ਵੀ ਚਲੋ ਜੀ 2 ਖੱਤੇ ਦਾ ਭਰ ਲਏ ਉਹ ਵੀ ਟੁੱਟਵੀਂ ਆਉਂਦੀ ਹੈਗੀ ਫਿਰ ਉਹਦਾ ਹੱਲ ਕੋਈ ਨਹੀਂ ਹੋਰ ਕੋਈ ਰਸਤਾ ਬਚਿਆ ਹੀ ਨਹੀਂ ਜੀ ਉੱਧਰ ਦਿੱਲੀ ਸੰਘਰਸ਼ ਚੱਲ ਰਿਹਾ ਇੱਧਰ ਇਹ ਅਲੱਗ ਤੋਂ ਚਲਾਵਾਂਗੇ ਫਿਰ ਇਹੀ ਹੱਲ ਹੈ ਸਾਡੇ ਕੋਲ ਆਵਾਜ਼ੀ ਕੰਮ ਟੀਵੀ ਲਈ ਨਾਭਾ ਤੋਂ ਪੱਤਰਕਾਰ ਤਰੁਣ ਮਹਿਤਾ ਦੀ ਰਿਪੋਰਟ